Hi everyone, I hope you all are doing well and welcome back to my YouTube channel. First of all, please do not forget to subscribe my channel Simran Canada, share my videos with your friends, and if you have any question regarding any video, please ask your question in the comment section. Okay, so let's start today's video. ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਬੇਸਿਕਲੀ ਇਹ ਦੱਸਣਾ ਹੈ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਮੋਸਟਲੀ ਸਟੂਡੈਂਟਸ ਇੱਥੇ ਆ ਕੇ ਆਈਫੋਨ ਬਾਏ ਕਰ ਲੈਂਦੇ ਹੁੰਦੇ ਹੈਗੇ ਤਾਂ ਮਤਲਬ ਕੀ ਰੀਜ਼ਨ ਹੈਗਾ ਕਿ ਆਈਫੋਨ ਇੱਥੇ ਇੰਨੇ ਜ਼ਿਆਦਾ ਸਸਤੇ ਹੈਗੇ ਜਾਂ ਫਿਰ ਕੁਛ ਡਿਫਰੈਂਟ ਪਲਾਨਸ ਮਿਲਦੇ ਆ ਸੋ ਜੋ ਉਹ ਇਨਫੋਰਮੇਸ਼ਨ ਹੈਗੀ ਉਹ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੱਸੂੰਗੀ ਸੋ ਪਲੀਜ਼ ਵਾਚ ਦਿਸ ਵੀਡੀਓ ਟਿਲ ਦਾ ਐਂਡ ਓਕੇ ਸੋ ਲੈਟਸ ਸਟਾਰਟ ਦਿਸ ਵੀਡੀਓ ਵਿਦ ਸਟੈਪ ਨੰਬਰ 1 ਫਸਟ ਆਫ ਆਲ ਇੱਥੇ ਬਹੁਤ ਸਾਰੇ ਮੋਬਾਈਲ ਨੈਟਵਰਕ ਕੰਪਨੀਆਂਜ਼ ਹੁੰਦੀਆਂ ਨੇ ਜਿੱਦਾਂ ਰੋਜਰਸ ਫਰੀਡਮ ਫਾਈਡੋ ਚੈਟਰ ਇਟਸੈਟਰਾ ਹੋਰ ਵੀ ਕੰਪਨੀਜ਼ ਹੁੰਦੀਆਂ ਨੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੁੰਦਾ ਗਾ ਨਾ ਏਅਰਟੈਲ ਹੁੰਦਾ ਗਾ ਜਾਂ ਫਿਰ ਬੀ ਐੱਸ ਐੱਨ ਐੱਲ ਹੁੰਦਾ ਗਾ ਜੀਓ ਦੇ ਸਿਮ ਚੱਲਦੀ ਆ ਤਾਂ ਇੱਦਾਂ ਹੀ ਕੈਨੇਡਾ ਦੇ ਵਿੱਚ ਇੱਥੇ ਫਰੀਡਮ ਰੋਜਰਸ ਬੈੱਲ ਚੈਟਰ ਇੱਦਾਂ ਦੇ ਮੋਬਾਈਲ ਨੈਟਵਰਕ ਕੰਪਨੀਜ਼ ਹੁੰਦੀਆਂ ਨੇ ਨਾਓ ਇਟ ਇਜ਼ ਯੋਰ ਪਰਸਨਲ ਚੋਇਸ ਕਿ ਤੁਸੀਂ ਕਿਹੜੇ ਨੈਟਵਰਕ ਦੇ ਨਾਲ ਆਪਣਾ ਜਿਹੜਾ ਹੈਗਾ ਪਲਾਨ ਦੇ ਨਾਲ ਫੋਨ ਲੈਣਾ ਗਾ ਹੁਣ ਡਿਫਰੈਂਟ ਡਿਫਰੈਂਟ ਕੰਪਨੀਜ਼ ਦੇ ਡਿਫਰੈਂਟ ਡਿਫਰੈਂਟ ਪਲਾਨ ਹੁੰਦੇ ਨੇ ਸੈਕਿੰਡ ਥਿੰਗ ਕੀ ਹੈਗੀ ਹੈ ਕਿ ਜਦੋਂ ਇੱਥੇ ਬੋਕਸਿੰਗ ਡੇ ਹੁੰਦਾ ਗਾ ਕ੍ਰਿਸਮਿਸ ਹੁੰਦਾ ਹੈ ਨਿਊ ਈਅਰ ਹੁੰਦਾ ਗਾ ਉਦੋਂ ਡੀਲਸ ਲੱਗਦੀਆਂ ਨੇ ਫੋਨ ਦੀਆਂ ਤਾਂ ਉਦੋਂ ਆਪਾਂ ਨੂੰ ਜਿਹੜੇ ਫੋਨ ਦੇ ਆਫਰ ਨੇ ਉਹ ਵਧੀਆ ਮਿਲ ਜਾਂਦੇ ਆ ਆਪਾਂ ਨੂੰ ਘੱਟ ਪੇ ਕਰਨਾ ਪੈਂਦਾ ਹੁੰਦਾ ਗਾ ਥਰਡ ਗੱਲ ਇਹ ਹੈਗੀ ਹੈ ਕਿ ਹੁਣ ਆਈਫੋਨ ਬਾਏ ਕਰਨ ਦੇ ਲਈ ਕੀ ਰਿਕੁਆਇਰਮੈਂਟਸ ਨੇ ਮਤਲਬ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਆ ਬੇਸਿਕਲੀ ਉਹ ਤੁਹਾਡੀ ਪਹਿਲਾਂ ਆਈਡੀ ਪਰੂਫ ਮੰਗਦੇ ਆ ਆਈਡੀ ਪਰੂਫ ਤੁਹਾਡਾ ਪਾਸਪੋਰਟ ਹੋ ਸਕਦਾ ਹੈ ਇਫ ਯੂ ਹੈਵ ਯੋਰ ਡਰਾਈਵਿੰਗ ਲਾਇਸੈਂਸ ਦੈਨ ਇਟ ਇਜ਼ ਗੁੱਡ ਤਾਂ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਵੀ ਸ਼ੋਅ ਕਰ ਸਕਦੇ ਹੋਗੇ ਸੈਕਿੰਡ ਰਿਕੁਆਇਰਮੈਂਟ ਹੈਗੀ ਕਿ ਤੁਹਾਡਾ ਕ੍ਰੈਡਿਟ ਕਾਰਡ ਉਹ ਤੁਹਾਡੇ ਕ੍ਰੈਡਿਟ ਕਾਰਡ ਵੀ ਤੁਹਾਡਾ ਹੋਣਾ ਚਾਹੀਦਾ ਤੁਹਾਡੇ ਕੋਲ ਬਹੁਤ ਸਾਰੇ ਸਟੂਡੈਂਟਸ ਕੀ ਕਰਦੇ ਹੈਗੇ ਕਿ ਜਦੋਂ ਉੱਥੇ ਆ ਕੇ ਆਪਣਾ ਅਕਾਊਂਟ ਖੁਲਵਾਉਂਦੇ ਹੈਗੇ ਤਾਂ ਉਹ ਸਿਰਫ ਆਪਣਾ ਡੈਬਿਟ ਕਾਰਡ ਦੇ ਨਾਲ ਹੀ ਸ਼ਾਪਿੰਗ ਕਰਦੇ ਰਹਿੰਦੇ ਆ ਕੋਈ ਸਟੂਡੈਂਟਸ ਕ੍ਰੈਡਿਟ ਕਾਰਡ ਨਹੀਂ ਬਾਏ ਕਰਦੇ ਕ੍ਰੈਡਿਟ ਕਾਰਡ ਬਹੁਤ ਇੰਪੋਰਟੈਂਟ ਹੈ ਕੈਨੇਡਾ ਦੇ ਵਿੱਚ ਆਪਾਂ ਨੂੰ ਕ੍ਰੈਡਿਟ 'ਤੇ ਹੀ ਸ਼ਾਪਿੰਗ ਕਰਨੀ ਚਾਹੀਦੀ ਹੈ ਸੋ ਇਸ ਕਰਕੇ ਤੁਹਾਡਾ ਜਿਹੜਾ ਕ੍ਰੈਡਿਟ ਦਾ ਸਕੋਰ ਹੈਗਾ ਉਹ ਵਧੀਆ ਹੋਣਾ ਚਾਹੀਦਾ ਹੈਗਾ ਸੋ ਦੈਟ ਕਿ ਤੁਸੀਂ ਕੁਝ ਵੀ ਬਾਏ ਕਰਨਾ ਹੋਵੇ ਤੁਸੀਂ ਆਪਣਾ ਕ੍ਰੈਡਿਟ ਕਾਰਡ ਸ਼ੋਅ ਕਰ ਸਕੋ ਸੋ ਇਸ ਲਈ ਦੋ ਆਈਡੀ ਪਰੂਫ ਇੱਕ ਤੁਹਾਡਾ ਆਈਡੈਂਟੀ ਲਾਈਕ ਯੂਅਰ ਪਾਸਪੋਰਟ ਔਰ ਡਰਾਈਵਿੰਗ ਲਾਇਸੈਂਸ ਸੈਕਿੰਡ ਥਿੰਗ ਇਜ਼ ਯੂਅਰ ਕ੍ਰੈਡਿਟ ਕਾਰਡ ਫਿਰ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਦੋ ਰਿਕੁਆਇਰਮੈਂਟਸ ਹੁੰਦੀਆਂ ਨੇ ਤਾਂ ਤੁਹਾਡਾ ਅਕਾਊਂਟ ਇੱਕ ਜਨਰੇਟ ਹੁੰਦਾ ਗਾ ਫੋਰ ਐਗਜ਼ਾਮਪਲ ਮੈਂ ਰੋਜਰਸ ਦੀ ਗੱਲ ਕਰਾਂ ਤਾਂ ਰੋਜਰਸ ਵਾਲੇ ਤੁਹਾਡਾ ਇੱਕ ਅਕਾਊਂਟ ਬਣਾ ਦਿੰਦੇ ਹੁੰਦੇ ਨੇ ਤੁਹਾਡੇ ਕੋਲ ਉਹਦਾ ਯੂਜ਼ਰ ਨੇਮ ਹੁੰਦਾ ਪਾਸਵਰਡ ਹੁੰਦਾ ਅਤੇ ਉਹਦੀ ਤੁਸੀਂ ਐਪ ਆਪਣੇ ਫੋਨ 'ਤੇ ਡਾਊਨਲੋਡ ਕਰ ਸਕਦੇ ਹੋਗੇ ਜਦੋਂ ਤੁਸੀਂ ਆਪਣੇ ਫੋਨ 'ਤੇ ਐਪ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਆਪਣੇ ਫੋਨ ਦੇ ਰਿਲੇਟਡ ਕਿਹੜੇ ਕਿਹੜੇ ਪਲਾਨਸ ਤੁਸੀਂ ਲਏ ਨੇ ਸਭ ਕੁਛ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਤੁਹਾਡੇ ਫੋਨ ਦੀ ਉਹ ਤੁਹਾਡੀ ਐਪ 'ਤੇ ਸ਼ੋਅ ਹੁੰਦੀ ਹੈ ਈਵਨ ਕਿ ਤੁਹਾਨੂੰ ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਸ਼ੋਪ 'ਤੇ ਜਾ ਕੇ ਜਿੱਥੋਂ ਤੁਸੀਂ ਫੋਨ ਬਾਏ ਕੀਤਾ ਗਾ ਉੱਥੇ ਜਾ ਕੇ ਤੁਹਾਨੂੰ ਪੇਮੈਂਟ ਕਰਨੀ ਪਊਗੀ ਤੁਸੀਂ ਔਨਲਾਈਨ ਹੀ ਆਪਣਾ ਕਾਰਡ ਦੀ ਡਿਟੇਲਸ ਭਰ ਕੇ ਹਰ ਮਹੀਨੇ ਪੇਮੈਂਟ ਕਰ ਸਕਦੇ ਹੋਗੇ ਸੋ ਇਸ ਕਰਕੇ ਇਹਦੀ ਐਪ ਹੁੰਦੀ ਹੈ ਉਹ ਬੈਨੀਫਿਸ਼ੀਅਲ ਹੁੰਦੀ ਹੈਗੀ ਨੈਕਸਟ ਗੱਲ ਇਹ ਹੈਗੀ ਕਿ ਹੁਣ ਫੋਨ ਤੁਸੀਂ ਡਾਇਰੈਕਟ ਸ਼ੋਪ ਤੋਂ ਜਾ ਕੇ ਵੀ ਬਾਏ ਕਰ ਸਕਦੇ ਹੋ ਬਟ ਜੇਕਰ ਫੋਨ ਉੱਥੇ ਅਵੇਲੇਬਲ ਹੈਗਾ ਹੁਣ ਜਿਵੇਂ ਰੀਸੈਂਟਲੀ ਕੀ ਹੋਇਆ ਸੀ ਕਿ ਆਈਫੋਨ 12 ਪ੍ਰੋ ਜਦੋਂ ਲਾਂਚ ਹੋਇਆ ਸੀਗਾ ਤਾਂ ਬਹੁਤ ਸਾਰੇ ਲੋਕਾਂ ਨੇ ਫੋਨ ਮਤਲਬ ਲੈਣਾ ਸੀ ਸਾਰ ਇੰਨਾ ਜ਼ਿਆਦਾ ਰਸ਼ ਹੋ ਗਿਆ ਸੀ ਕਿ ਸ਼ੋਪਸ 'ਤੇ ਫੋਨ ਅਵੇਲੇਬਲ ਨਹੀਂ ਸੀ ਹੁੰਦੇ ਸੋ ਇਸ ਕਰਕੇ ਨਾ ਮਤਲਬ ਮੋਸਟਲੀ ਸਟੂਡੈਂਟਸ ਨੇ ਫੋਨ ਔਨਲਾਈਨ ਬਾਏ ਕੀਤੇ ਸੀਗੇ ਅਤੇ ਔਨਲਾਈਨ ਵੀ ਇੱਕ ਇੱਕ ਮੰਥ ਦੇ ਵਿੱਚ ਘਰ ਫੋਨ ਆਏ ਸੀ ਸੋ ਨਾਓ ਯੂ ਹੈਵ ਟੂ ਵੇਜ਼ ਇੱਕ ਤਾਂ ਤੁਸੀਂ ਡਾਇਰੈਕਟ ਸ਼ੋਪ ਤੋਂ ਜਾ ਕੇ ਫੋਨ ਬਾਏ ਕਰ ਸਕਦੇ ਹੋਗੇ ਸੈਕਿੰਡ ਤੁਸੀਂ ਔਨਲਾਈਨ ਰੋਜਰਸ ਵਾਲਿਆਂ ਨੂੰ ਫੋਨ ਕਰਕੇ ਆਪਣਾ ਫੋਨ ਬਾਏ ਕਰ ਸਕਦੇ ਹੋਗੇ ਤਾਂ ਵਿਦਇਨ 7 to 10 ਬਿਜ਼ਨਸ ਡੇਜ਼ ਦੇ ਵਿੱਚ ਜਾਂ 1 month ਦੇ ਵਿੱਚ ਜਿਵੇਂ ਦੀ ਫੋਨ ਦੀ ਜਿਹੜੀ ਸੇਲ ਹੈਗੀ ਤੁਸੀਂ ਆਪਣਾ ਫੋਨ ਘਰ ਬੈਠੇ ਮਤਲਬ ਤੁਹਾਨੂੰ ਮਿਲ ਜਾਏਗਾ ਇਹ ਟੂ ਵੇਜ਼ ਹੁੰਦੀ ਹੈਗੀ ਉਸ ਤੋਂ ਬਾਅਦ ਹੁਣ ਇੱਕ ਨੈਕਸਟ ਗੱਲ ਹੁੰਦੀ ਹੈ ਡਾਊਨ ਪੇਮੈਂਟ ਹੁਣ ਡਾਊਨ ਪੇਮੈਂਟ ਕੀ ਹੁੰਦੀ ਹੈ ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਡਾਊਨ ਪੇਮੈਂਟ ਕੀ ਹੁੰਦੀ ਹੈ ਬਿਕੋਜ਼ ਮੈਂ ਇੱਥੇ ਆ ਕੇ ਫੋਨ ਨਹੀਂ ਸੀ ਬਾਏ ਕੀਤਾ ਮੈਂ ਰੀਸੈਂਟਲੀ ਹੀ ਆਈ ਥਿੰਕ 2-3 weeks ਪਹਿਲਾਂ ਫੋਨ ਬਾਏ ਕੀਤਾ ਗਾ ਸੋ ਡਾਊਨ ਪੇਮੈਂਟ ਬੇਸਿਕਲੀ ਕੀ ਹੁੰਦਾ ਕਿ ਫੋਰ ਐਗਜ਼ਾਮਪਲ ਤੁਹਾਡੇ ਫੋਨ ਦੀ ਜਿਹੜੀ ਪ੍ਰਾਈਸ ਹੈਗੀ ਹੈ ਓਰਿਜਨਲ ਪ੍ਰਾਈਸ ਹੈਗੀ ਹੈਗੀ $1500 ਹੁਣ ਮੈਨੂੰ ਐਗਜੈਕਟ ਅਮਾਊਂਟ ਨਹੀਂ ਯਾਦ ਮਤਲਬ $1500+ ਤੁਹਾਡੇ ਫੋਨ ਦੀ ਓਰਿਜਨਲ ਅਮਾਊਂਟ ਹੈਗੀ ਹੈ ਹੁਣ ਓਬਵੀਅਸਲੀ ਗੱਲ ਹੈ ਕਿ ਆਪਾਂ ਇੰਨੇ ਜਿਹੜੇ ਪੈਸੇ ਹੈਗੇ ਉਹ ਇੱਕਦਮ ਨਹੀਂ ਪੇ ਕਰ ਸਕਦੇ ਹੈਗੇ ਰਾਈਟ $1500 ਬਹੁਤ ਜ਼ਿਆਦਾ ਹੁੰਦਾ ਹੈਗਾ ਸੋ ਇਸ ਕਰਕੇ ਕੁਛ ਕੰਪਨੀਜ਼ ਨੇ ਐਵੇਂ ਦੇ ਪਲਾਨ ਸਟਾਰਟ ਕੀਤੇ ਹੁੰਦੇ ਨੇ ਕਿ ਆਪਾਂ $300, $500 ਜਿੰਨੇ ਵੀ ਤੁਹਾਡੇ ਕੋਲ ਹੈਗੇ ਤੁਹਾਡੇ ਕੋਲ ਸੇਵਿੰਗਸ ਹੈ ਤੁਸੀਂ ਉਹ ਪੈਸੇ ਉਸ ਟਾਈਮ ਉਹਨਾਂ ਨੂੰ ਦੇ ਸਕਦੇ ਹੋਗੇ ਡਾਲਰਸ ਦੇ ਸਕਦੇ ਹੋਗੇ ਐਂਡ ਆਫਟਰ ਦੈਟ ਫਿਰ ਜਿੰਨੇ ਤੁਸੀਂ ਪੇ ਕੀਤੇ ਆ ਲਾਈਕ 500 ਤੁਸੀਂ ਪੇ ਕਰਤੇ ਤਾਂ ਉਹ 1500 ਦੇ ਵਿੱਚੋਂ 500 ਮਾਈਨਸ ਕਰਕੇ ਮਤਲਬ
ਤੁਹਾਡੇ ਕੋਲ 1000 ਰਹਿ ਗਿਆ। ਇਹਦੇ ਨਾਲ ਤੁਹਾਡੀ ਹਰ ਮਹੀਨੇ ਦੀ ਜਿਹੜੀ ਇੰਸਟਾਲਮੈਂਟ ਹੈਗੀ ਉਹ ਘੱਟ ਜੂਗੀ। ਹੁਣ ਇੱਥੇ ਕੋਈ ਵੀ ਪਰਸਨ ਇੱਦਾਂ ਨਹੀਂ ਹੈਗਾ ਕਿ ਬਹੁਤ ਘੱਟ ਹੁੰਦੇ ਨੇ ਜਿਹੜੇ ਸਾਰੇ ਦੀ ਸਾਰੀ ਪੇਮੈਂਟ ਕਰਕੇ ਫੋਨ ਲੈ ਲੈਂਦੇ ਹੁੰਦੇ ਨੇ। ਉਰੇ ਆਪਾਂ ਸਟੂਡੈਂਟਸ ਜਿਹੜੇ ਹੁੰਦੇ ਹੈਗੇ ਉਹ ਸਾਰੇ ਇੰਸਟਾਲਮੈਂਟਸ 'ਤੇ ਹੀ ਫੋਨ ਲੈਂਦੇ ਹੈਗੇ ਕਿ ਹਰ ਮਹੀਨੇ ਇੰਸਟਾਲਮੈਂਟ ਪੇ ਕਰੀ ਜਾਵਾਂਗੇ। ਹੁਣ ਜਿੱਦਾਂ ਹੁਣ ਇਸ ਟਾਈਮ 'ਤੇ ਜਿਹੜੀ ਇੰਸਟਾਲਮੈਂਟ ਜਿਹੜੀ ਮੈਂ ਪੇ ਕਰਦੀ ਹੈਗੀ ਇਹ ਹੈਗੀ ਕਿ ਆਈ ਥਿੰਕ ਮੋਰ ਦੈਨ $110 $110 ਤੋਂ ਥੋੜ੍ਹਾ ਜ਼ਿਆਦਾ ਟੈਕਸ ਵਗੈਰਾ ਇਨਕਲੂਡ ਕਰਕੇ ਹਰ ਮਹੀਨੇ ਦੀ ਮੇਰੀ ਜਿਹੜੀ ਹੈਗੀ ਆ ਇੰਸਟਾਲਮੈਂਟ ਆਉਂਦੀ ਹੈ। ਹੁਣ ਇਸ ਇੰਸਟਾਲਮੈਂਟ ਦੇ ਵਿੱਚ ਫੋਨ ਦਾ ਪ੍ਰਾਈਸ ਵੀ ਆ ਗਿਆ, ਪਲੱਸ ਜਿਹੜਾ ਮੈਂ 8GB ਜਿਹੜਾ ਮੇਰਾ ਡਾਟਾ ਪਲੈਨ ਹੈ ਉਹ ਵੀ ਆ ਗਿਆ, ਅਤੇ ਇਸ ਤੋਂ ਬਿਨਾਂ ਜਿਹੜਾ ਇੱਕ ਡਿਵਾਈਸ ਪ੍ਰੋਟੈਕਸ਼ਨ ਪਲੈਨ ਹੁੰਦਾ ਗਾ, ਫੋਰ ਐਗਜ਼ਾਮਪਲ ਤੁਹਾਡਾ ਫੋਨ ਤੁਹਾਡੇ ਤੋਂ ਡਿੱਗ ਗਿਆ ਜਾਂ ਲੋਸਟ ਕੁਛ ਵੀ ਅਨਫੋਰਚੁਨੇਟਲੀ ਕੁਛ ਐਵੇਂ ਦਾ ਹੁੰਦਾ, ਤਾਂ ਤੁਸੀਂ ਉਹਨਾਂ ਨੂੰ ਕੋਂਟੈਕਟ ਕਰਕੇ ਤੁਹਾਨੂੰ ਦੁਬਾਰਾ ਫੋਨ ਦੇਣਗੇ। ਇਸ ਕਰਕੇ ਉਹ ਡਿਵਾਈਸ ਪ੍ਰੋਟੈਕਸ਼ਨ ਪਲੈਨ ਫੋਨ ਦਾ ਬਹੁਤ ਜ਼ਰੂਰੀ ਹੁੰਦਾ, ਸਪੈਸ਼ਲੀ ਜੇਕਰ ਤੁਸੀਂ ਕੋਈ ਐਕਸਪੈਂਸਿਵ ਫੋਨ ਲੈ ਰਹੇ ਹੋਗੇ, ਬਿਕੋਜ਼ ਆਪਾਂ ਨੂੰ ਨਹੀਂ ਪਤਾ ਹੁੰਦਾ ਅਨਫੋਰਚੁਨੇਟਲੀ ਕੁਛ ਵੀ ਕਦੋਂ ਵੀ ਹੋ ਸਕਦਾ, ਤਾਂ ਤੁਸੀਂ ਈਵਨ ਉਹਨਾਂ ਨੂੰ ਕੋਂਟੈਕਟ ਕਰਕੇ ਨਿਊ ਫੋਨ ਲੈ ਸਕਦੇ ਹੋਗੇ। ਬਟ ਉਸ ਪਲੈਨ ਦੇ ਤੁਹਾਨੂੰ ਐਕਸਟਰਾ ਪੇ ਕਰਨੇ ਪੈਂਦੇ ਹੈ, ਇਟ ਇਜ਼ ਆਈ ਥਿੰਕ ਅਰਾਊਂਡ $13 ਮੇ ਬੀ $15 ਔਰ $10, ਇਟ ਡਿਪੈਂਡਸ ਔਨ ਯੂਅਰ ਫੋਨ। ਸੋ ਇਹ ਸਾਰਾ ਇਨਕਲੂਡ ਕਰਕੇ ਜਿਹੜੀ ਮੇਰੀ ਹਰ ਮੰਥ ਦੀ ਇੰਸਟਾਲਮੈਂਟ ਆਉਂਦੀ ਹੈਗੀ ਉਹ $110 ਤੋਂ ਥੋੜ੍ਹੀ ਜ਼ਿਆਦਾ ਆਉਂਦੀ ਹੈਗੀ। ਸੋ ਹਾਂ, ਮੈਂ ਕੀ ਕਹਿ ਰਹੀ ਸੀ ਕਿ ਡਾਊਨ ਪੇਮੈਂਟ ਡਿਪੈਂਡ ਕਰਦਾ ਗਾ, ਕਈ ਵਾਰ ਇਹ ਹੁੰਦਾ ਕਿ ਡਾਊਨ ਪੇਮੈਂਟ ਵਾਲਾ ਪਲੈਨ ਨਹੀਂ ਹੁੰਦਾ। ਹੁਣ ਨੈਕਸਟ ਗੱਲ ਕੀ ਹੈਗੀ, ਤੁਹਾਨੂੰ ਇਹ ਨਹੀਂ ਹੈਗਾ ਕਿ ਤੁਹਾਡੇ ਕੋਲ ਡੋਲਰਸ ਹੋਣੇ ਚਾਹੀਦੇ ਨੇ, $500 ਹੋਣੇ ਚਾਹੀਦੇ, $1000 ਹੋਣੇ ਚਾਹੀਦੇ, ਕਿ ਉਹ ਤੁਹਾਡਾ ਅੱਛਾ ਡੋਲਰਸ ਦੇਖ ਕੇ ਹੀ ਤੁਹਾਨੂੰ ਫੋਨ ਦੇਣਗੇ। ਨਹੀਂ, ਇੱਦਾਂ ਕੁਛ ਨਹੀਂ ਹੁੰਦਾ, ਤੁਸੀਂ 0 ਡਾਊਨ ਪੇਮੈਂਟ 'ਤੇ ਵੀ ਫੋਨ ਲੈ ਸਕਦੇ ਹੋਗੇ। ਫੋਰ ਇੰਸਟੈਂਸ, ਤੁਹਾਡੇ ਕੋਲ ਐਟ ਏ ਟਾਈਮ ਕੁਛ ਵੀ ਬਾਏ ਕੁਛ ਵੀ ਪੈਸੇ ਦੇਣ ਨੂੰ ਨਹੀਂ ਹੈਗੇ, ਲਾਈਕ ਫੋਰ ਐਗਜ਼ਾਮਪਲ ਤੁਸੀਂ ਨਹੀਂ ਡੋਲਰਸ ਪੇ ਕਰਨਾ ਚਾਹੁੰਦੇ, $300-$500 ਤੁਸੀਂ 0 ਡੋਲਰ 'ਤੇ ਹੀ ਫੋਨ ਲੈਣਾ ਚਾਹੁੰਦੇ ਹੋ, ਤਾਂ ਇਟ ਇਜ਼ ਵੈਰੀ ਸਿੰਪਲ, ਇਟ ਇਜ਼ ਅ ਵੈਰੀ ਸਿੰਪਲ ਪ੍ਰੋਸੈਸ। ਤੁਹਾਡੀ ਆਈ ਡੀ ਪਰੂਫ ਹੈ, ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ, ਤੁਹਾਨੂੰ 0 ਪੇਮੈਂਟ 'ਤੇ ਵੀ ਫੋਨ ਮਿਲ ਜਾਏਗਾ। ਬਟ ਉਹਦੇ ਨਾਲ ਕੀ ਹੋਊਗੀ, ਤੁਹਾਡੀ ਜਿਹੜੀ ਇੰਸਟਾਲਮੈਂਟ ਹੈਗੀ ਉਹ ਥੋੜ੍ਹੀ ਜਿਹੀ ਵੱਧ ਕੇ ਆਊਗੀ, ਕਿਉਂਕਿ ਜਦੋਂ ਆਪਾਂ ਡਾਊਨ ਪੇਮੈਂਟ ਕਰ ਦਿੰਦੇ ਹਾਂ ਤਾਂ ਫਿਰ ਉਹ ਆਪਣੇ ਓਰੀਜਨਲ ਪ੍ਰਾਈਸ 'ਚੋਂ ਮਾਈਨਸ ਹੋ ਜਾਂਦੇ ਨੇ। ਬਟ ਜੇਕਰ ਆਪਾਂ 0 ਪੇਮੈਂਟ 'ਤੇ ਫੋਨ ਲੈਂਦੇ ਹੈਗੇ ਤਾਂ ਥੋੜ੍ਹੀ ਇੰਸਟਾਲਮੈਂਟ ਵੱਧ ਜਾਂਦੀ ਹੈ। ਬਟ ਇਹ ਆਈ ਥਿੰਕ ਪ੍ਰੋਸੈਸ ਬਿਲਕੁਲ ਸਹੀ ਹੈਗਾ, 0 ਡਾਊਨ ਪੇਮੈਂਟ 'ਤੇ ਬਿਲਕੁਲ ਸਹੀ ਹੁੰਦਾ ਹੈ, ਆਪਣੀ ਹਰ ਮੰਥ ਆਪਣੀ ਇੰਸਟਾਲਮੈਂਟ ਪੇ ਕਰੀ ਜਾਓ, ਆਪਣਾ ਫੋਨ ਬਾਏ ਕਰੋ। ਐਂਡ ਇੱਕ ਹੋਰ ਪਲੈਨ ਵੀ ਹੁੰਦਾ ਗਾ ਕਿ ਤੁਸੀਂ 2 ਈਅਰਸ ਬਾਅਦ ਫੋਨ ਵਾਪਿਸ ਕਰਨਾ, ਰਿਟਰਨ ਕਰਨਾ, ਤਾਂ ਉਹਦੇ ਕਰਕੇ ਵੀ ਇੰਸਟਾਲਮੈਂਟ 'ਤੇ ਇਫੈਕਟ ਪੈਂਦਾ ਗਾ। ਇਹ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਿਆ ਗਾ ਕਿ ਅੱਛਾ ਮੈਂ ਇੱਦਾਂ ਫੋਨ ਬਾਏ ਕੀਤਾ, ਮੈਂ ਕੋਈ ਡੀਲ 'ਤੇ ਫੋਨ ਨਹੀਂ ਲਿਆ ਹੈਗਾ, ਬਿਕੋਜ਼ ਉਸ ਟਾਈਮ ਨਾ ਤਾਂ ਨਿਊ ਈਅਰ ਸੀਗਾ ਨਾ ਕ੍ਰਿਸਮਿਸ ਸੀਗਾ, ਮੈਂ ਹੁਣੇ ਰੀਸੈਂਟਲੀ ਲਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਗਾ। ਸੋ ਉਸ ਟਾਈਮ ਜਿਵੇਂ ਦੇ ਪਲੈਨ ਹੈਗੇ ਸੀਗੇ ਉਹਨਾਂ ਨੇ ਮੈਨੂੰ ਦੱਸੇ, ਅਤੇ ਉਸ ਦੇ ਅਕੋਰਡਿੰਗ ਮੈਨੇ ਫੋਨ ਬਾਏ ਕੀਤਾ, ਐਂਡ ਆਈ ਥੋਟ ਦੈਟ ਆਈ ਸ਼ੁੱਡ ਸ਼ੇਅਰ ਦਿਸ ਐਕਸਪੀਰੀਅੰਸ ਵਿਦ ਯੂ। ਸੋ ਦੈਟਸ ਵਾਈ ਆਈ ਜਸਟ ਮੇਡ ਆ ਵੀਡੀਓ ਔਨ ਦਿਸ ਟੋਪਿਕ। I hope you would like this video. If you have any question regarding this video, please ask your question in the comment section, and do not forget to subscribe my channel.